बस करो मैं कहना बहुत हो गया। अच्छा तो बाकी ने कितने जाना? अपना ढिड भरिया ते कम ਕੋ ਤੁਸੀਂ ਅੱਜ ਨਹੀਂ ਦੱਸਿਆ ਜਾਂਦਾ ਤੁਸੀਂ ਤੁਹਾਨੂੰ ਖਾਣ ਨਾ ਮਤਲਬ ਵਾਲਾ ਤੁਸੀਂ ਕਹੋ ਬੇਰ ਖਾਓ ਤੁਸੀਂ ਗਿਟਕਾ ਕਿਉਂ ਕਹਿੰਦੇ ਜੀ ਆਓ ਠੀਕ ਹੈ ਹੈ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਹੀਂ ਸਹੀ ਆ ਸਹੀ ਗਾਣੀ ਨਹੀਂ ਨਹੀਂ ਸਹੀ ਆ ਸਹੀ ਆ ਕਿਉਂ ਨਹੀਂ ਸਹੀ ਤੁਸੀਂ ਗਲਤ ਹੋ ਸਕਦੇ ਜਦੋਂ ਤੇ ਤੁਸੀਂ ਕਹਦੇ ਹੋ ਸੀ ਸਤਿ ਸ਼੍ਰੀ ਅਕਾਲ ਦੇ ਵਿੱਚ ਕੀ ਗਲਤ ਹੋ ਗਿਆ ਅੱਜ ਨਾ ਅਸੀਂ ਸਪੈਸ਼ਲ ਚੀਜ਼ ਬਣਾਉਣ ਲੱਗੇ ਆ ਹੈ ਕੀ ਸੱਚੀ ਇਹ ਤਾਂ ਜੋ ਗਾਂਧੀ ਜੀ ਨੇ ਨਹੀਂ ਹੈ ਖਾਦੀ ਨੇ ਨਾ ਉਹਨੂੰ ਪਤਾ ਹੀ ਨਹੀਂ ਕੀ ਲੱਗੇ ਬਣਾਉਣ ਤੁਹਾਨੂੰ ਨਹੀਂ ਪਤਾ ਨਾ ਕੰਪਲੀਟ ਨਹੀਂ ਪਤਾ ਤੇ ਮੈਨੂੰ ਤਾਂ ਤੈਨੂੰ ਨਹੀਂ ਪਤਾ ਚੱਲ ਦੱਸ ਦੋ ਕੀ ਲੱਗੇ ਬਣਾਉਣ ਹੁਣ ਫਿਰ ਤੁਸੀਂ ਹਾਂ ਨਹੀਂ ਕਰਨਾ ਠੀਕ ਆ ਚੰਗਾ ਹੂੰ ਕਰੂੰਗਾ ਨਹੀਂ ਹੂੰ ਵੀ ਨਹੀਂ ਕਰਨਾ ਠੀਕ ਆ ਚੰਗਾ ਚਲੋ ਚੌਲਾਂ ਵਾਲੀਆਂ ਰੋਟੀਆਂ ਹੋ ਹਾਂਜੀ ਚੌਲਾਂ ਵਾਲੀਆਂ ਰੋਟੀਆਂ ਚੌਲਾਂ ਦੇ ਆਟੇ ਦੀਆਂ ਰੋਟੀਆਂ ਸੀ ਦੇਣੇ ਚਲੋ ਉਹੀ ਹੋ ਗਿਆ ਉਹਦੀ ਭੈਣ ਆ ਮੰਮੀ ਆ ਲੱਗੇ ਆ ਇਦਾਂ ਹੀ ਹੋ ਗਿਆ ਨਾ ਕਿਹਦੀ ਭੈਣ ਮੰਮੀ ਲੱਗੇ ਚੌਲਾਂ ਦੀਆਂ ਰੋਟੀਆਂ ਅੱਛਾ ਚੌਲਾਂ ਦੀ ਭੈਣ ਚੌਲਾਂ ਦੀ ਮੰਮੀ ਚੌਲਾਂ ਦੀ ਭਾਬੀ ਲੱਗ ਗਈ ਆ ਕਹਿੰਦੀ ਆ ਵੇਖ ਲਓ ਤੁਹਾਨੂੰ ਚੌਲਾਂ ਦੀ ਭੈਣ ਮੰਮੀ ਬਣਾਤਾ ਉਹਦਾ ਕਹਿਣਾ ਮਤਲਬ ਚੌਲ ਤੇ ਆਟਾ ਜਿਹੜੇ ਆ ਨਾ ਅੱਛਾ ਅੱਛਾ ਭੈਣ ਭਰਾ ਆ ਵੇਖਿਆ ਮੰਮੀ ਨੇ ਮੈਨੂੰ ਕਵਰ ਕਰ ਲਿਆ ਤੁਸੀਂ ਤੇ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ ਨਾ ਸਹੀ ਗੱਲ ਆ ਤੇ ਐਸਾ ਐਸੇ ਚੀਜ਼ ਦੀ ਤਿਆਰੀ ਹੋਣੀ ਮੇਰੀ ਸੀਟ ਜਿਹੜੀ ਆ ਨਾ ਹੁਣ ਸੰਦੀਪ ਨੇ ਸਾਂਭ ਲਈ ਆ ਜਵਾਰ ਦੀਆਂ ਰੋਟੀਆਂ ਜਿਹੜੀਆਂ ਬਣਾਉਣੀਆਂ ਜਾਂ ਚੌਲਾਂ ਦੀਆਂ ਬਣਾਉਣੀਆਂ ਵੀ ਕਿਹੜੇ ਤਰੀਕੇ ਨਾਲ ਸਵਾਦ ਲੱਗੇ ਮੇਰੀਆਂ ਖਾਧੀਆਂ ਚੌਲਾਂ ਦੀ ਰੋਟੀ ਚਲੋ ਅਸੀਂ ਵੀ ਵੇਨੇ ਅੱਜ ਖਾ ਕੇ ਚੌਲਾਂ ਦੀ ਰੋਟੀ ਮੈਂ ਅੱਜ ਤੱਕ ਚੌਲ ਦੀ ਰੋਟੀ ਵੈਸੇ ਖਾਧੀ ਨਹੀਂ ਹੈਗੀ ਪਰ ਅੱਜ ਸਪੈਸ਼ਲ ਹੀ ਲੱਗੀ ਬੰਨ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਨਹੀਂ ਖਾਧੀ ਕਿਵੇਂ ਲਾ ਸੁਣੋ ਮੈਂ ਕਹਿੰਦਾ ਦੀ ਮੰਮੀ ਨੇ ਕੋਈ ਇਹੋ ਜਿਹੀਆਂ ਰੋਟੀਆਂ ਛੱਡੀਆਂ ਨਹੀਂ ਜਿਹੜੀਆਂ ਨੂੰ ਨਾ ਖਵਾਲੀਆਂ ਚੌਲਾਂ ਦੀ ਰੋਟੀਆਂ ਛੱਡੀ ਦੀਆਂ ਰੋਟੀਆਂ ਨਹੀਂ ਛਿੱਡੀ ਦੀ ਨਹੀਂ ਛਿੱਡੀ ਦੀ ਵੀ ਨਹੀਂ ਖਾਧੀ ਰੋਟੀਆਂ ਦੇ ਵਿੱਚ ਦਾਲ ਦੂਲ ਪਾ ਕੇ ਤਾਂ ਉਹ ਚੀਜ਼ਾਂ ਖਾਧੀਆਂ ਪਰ ਦਾਲ ਵਾਲੀ ਗੱਲ ਖਾਧੀਆਂ ਛਿੱਡੀ ਦੀ ਰੋਟੀ ਕਿਤੇ ਖਾ ਕੇ ਵੇਖੋ ਇੰਨੀ ਜ਼ਿਆਦਾ ਸਵਾਦ ਲੱਗਦੀ ਨਾ ਕੋਈ ਕਹਿੰਦੀ ਗੱਲ ਹੀ ਨਹੀਂ ਆ ਪਰ ਮੰਮੀ ਹੁਣ ਬੜਾ ਹੀ ਚਿਰ ਹੋ ਗਿਆ ਖਾਂਦੇ ਨੂੰ ਵਿੱਚ ਧਨੀਆਂ ਵੀ ਪਾਉਣਾ ਹੈ ਭਾਬੀ ਜੀ ਹਾਂਜੀ ਮੇਥੀ ਮੇਥੀ ਧਨੀਆਂ ਵੀ ਅੱਛਾ ਜੀਰਾ ਮਿਰਚ ਮਸਾਲਾ ਵੇਖਿਆ ਫਿਰ ਰੋਟੀ ਦਾ ਰੰਗ ਵੇਖਿਓ ਕਿਤੇ ਚਿੱਟਾ ਚਲੋ ਵੇਖਦੇ ਆ ਰੋਟੀ ਦਾ ਰੰਗ ਤੇ ਤੁਸੀਂ ਵੀ ਜਿੰਨੇ ਜਿੰਨੇ ਰੋਟੀ ਖਾਧੀ ਆ ਚੌਲਾਂ ਵਾਲੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀ ਆ ਤੇ ਅੱਜ ਵੀ ਕਿੰਨੇ ਜਿ ਤੱਕ ਨਹੀਂ ਖਾਧੀ ਤੇ ਅਸੀਂ ਤਾਂ ਬੜੀ ਬੜੀ ਖਾਧੀ ਜੇ ਕਿਸੇ ਨੇ ਨਹੀਂ ਖਾਧੀ ਤੇ ਚੌਲਾਂ ਦਾ ਆਟਾ ਭਿਓ ਤੇ ਫਿਰ ਸਾਡੇ ਵੱਲ ਵੇਖ ਕੇ ਤੇ ਰੋਟੀ ਖਾ ਲਈ ਬਿਲਕੁਲ ਬਿਲਕੁਲ ਬਹੁਤ ਸਵਾਰ ਬਣਦੀਆਂ ਵਾ ਕੜਕ ਕੜਕ ਜਿਹਾ ਨਹੀਂ ਕੜਕ ਨਹੀਂ ਹੁੰਦੀਆਂ ਪੂੜੀਆਂ ਹੁੰਦੀਆਂ ਦਾ ਪਰ ਮਜ਼ਾ ਬੜਾ ਆਉਂਦਾ ਖਾਂਦਾ ਨਾ ਨਹੀਂ ਜ਼ਰੂਰੀ ਨਹੀਂ ਵੀ ਮੇਥੀ ਵਾਲੀਆਂ ਉਹ ਬਣਦੀਆਂ ਨੇ ਸਿੰਪਲ ਸਾਗ ਦੇ ਨਾਲ ਉਹ ਰੋਟੀ ਬਹੁਤ ਸਵਾਰ ਲੱਗਦੀ ਚਲੋ ਕੋਈ ਨਹੀਂ ਬਣਾਓ ਫਿਰ ਬਣਦੇ ਬਣਾਉਨੇ ਆ ਤੇ ਕੀ ਕੀ ਵਿੱਚ ਪਾਉਨੇ ਆ ਤੇ ਸਾਰਾ ਕੁਝ ਸਾਨੂੰ ਵਿਖਾਉਨੇ ਆ ਤੇ ਫਿਰ ਖਾਣੇ ਆ ਤੇ ਦੱਸਦੇ ਆ ਕਿਵੇਂ ਦੀ ਬਣੀ ਹੈ ਕਿ ਨਹੀਂ ਚੌਲਾਂ ਵਾਲੀਆਂ ਤੇ ਹੁਣ ਦੱਸਾਂਗੇ ਫਿਰ ਜੇ ਕਮੈਂਟ ਜ਼ਿਆਦਾ ਆਉਣਗੇ ਫਿਰ ਛਿੱਡੀ ਵਾਲੀਆਂ ਵੀ ਦੱਸਾਂਗੇ ਬਣਾ ਕੇ ਠੀਕ ਆ ਉਹ ਵੀ ਬੜੀਆਂ ਸੋ ਉਹ ਤੇ ਕੂੜੀਆਂ ਬਣਦੀਆਂ ਹਨ ਅੱਛਾ ਹਾਂਜੀ ਚੰਗਾ ਓਏ ਨਾਵੇਂ ਨਾ ਇਦਾਂ ਨਾਣਾ ਕਰਿਆ ਕਰੋ ਠੀਕ ਆ ਮੈਂ ਹੋਰ ਦੱਸ ਕੀ ਕਰਾਂ ਲੈ ਇਹ ਚੀਜ਼ਾਂ ਕਰਕੇ ਫਿਰ ਮੇਰਾ ਪ੍ਰੋਬਲਮ ਹੁੰਦਾ ਕਿ ਹੁਣ ਫੇਰ ਅੱਲਾ ਹੂੰ ਵੱਡਾ ਵੱਡਾ ਨਹੀਂ ਵਧੀਆ ਨਹੀਂ ਵਧੀਆ ਲੱਗਣ ਦੀ ਸਬਜ਼ੀ ਨਹੀਂ ਲੱਗਣੀ ਮੇਥੀ ਘਟ ਗਈ ਨਹੀਂ ਤੋੜਦੇ ਬੜੀਆਂ ਹਾਂ ਤੋੜਦੇ ਬੜੀਆਂ ਤੋੜਦੇ ਬੜੀਆਂ ਕੋਈ ਗੱਲ ਨਹੀਂ ਖਾਦ ਪਾ ਦਿੰਨੇ ਮੇਥੀ ਨਾਲ ਜਿਹੜਾ ਹੁੰਦਾ ਵਾ ਉਹਨੇ ਗੁੱਛੀ ਲੈ ਜਾਂਦਾ ਸਹੀ ਗੱਲ ਧਨੀਆਂ ਧਨੀਆਂ ਵੱਟਾਂ ਦੇ ਉੱਤੇ ਬਹੁਤ ਸੋਹਣਾ ਲੱਗਦਾ ਅੱਜ ਕੱਲ ਹੀ ਉਹ ਦੋ ਵੱਟਾਂ ਇੰਨਾ ਸਾਫ ਸੁਥਰਾ ਵਧੀਆ ਵੱਡਣ ਦਾ ਵੀ ਬੜਾ ਮਜ਼ਾ ਆਉਂਦਾ ਹਨਾ ਮਨਵੀ ਭਾਬੀ ਵੀ ਕਹਿੰਦੇ ਸੀ ਮੈਂ ਖੜਨਾ ਧਨੀਆਂ ਮੈਂ ਦਿਨੋਂ ਪੂਰੀ ਦੀ ਪੂਰੀ ਵੱਟ ਵੱਡੀ ਵੇਖੀ ਮਨਵੀ ਭਾਬੀ ਕੱਲ ਮੈਨੂੰ ਆਂਦੇ ਕਿ ਉਹ ਆਲਾ ਲੱਗੀ ਸੀ ਨਾ ਇਹ ਮੈਂ ਖੜਨੀ ਆ ਬਾਹ ਵਾਲੇ ਭੂਆ ਆਂਦੇ ਮੈਂ ਖੜਨੀ ਬਬਲੂ ਆਂਦਾ ਮੈਂ ਖੜਨੀ ਲੈ ਕੋਈ ਚੌਥਾ ਜਾਣਾ ਹੀ ਨਹੀਂ ਬਬਲੂ ਨੇ ਇੱਦੀ ਖੜੀ ਬਬਲੂ ਨੇ ਉਹਦੀ ਨਹੀਂ ਸੱਚੇ ਇੱਕ ਸਬੂਤੀ ਤੇ ਕੱਦੀ ਹਾਂਜੀ ਹਾਂਜੀ ਢੇਡ ਖੜੀ ਉਹਨੇ ਚਲੋ ਵੱਡੋ ਵੱਡੋ ਫਿਰ ਧਨੀਆ ਮੇਥੀ ਤੇ ਆਪਣਾ ਬਣਾਓ ਤੇ ਚੋਲਾ ਵਾਲੀਆਂ ਰੋਟੀਆਂ ਰੋਟੀਆਂ ਤਾਂ ਫਿਰ ਖਾਣੇ ਆ ਚੋਲਾ ਵਾਲੀਆਂ ਰੋਟੀਆਂ ਦਹੀਂ ਤੇ ਲੱਸੀ ਮੱਖਣ ਲੈ ਕੇ ਇੱਕ ਇੱਕ ਬੂਟਾ ਚਾਹ ਨਾਲ ਹੀ ਵੱਢੀ ਜਾਂਦੇ ਆ ਹਨਾ ਮਜ਼ਾ ਹੀ ਬੜਾ ਆਉਂਦਾ ਜਦੋਂ ਮੇਰਾ ਤਾਂ ਜੀ ਕਰਦਾ ਜਿੰਨਾ ਹੈਗਾ ਸਾਰਾ ਵੱਢ ਦੇ ਸਾਰਾ ਵੱਢ ਦੋ ਵੱਢ ਦੋ ਫਿਰ ਕੀ ਆ ਉਹ ਪਰਲੀ ਵਾਟਰ ਨੂੰ ਪਾਣੀ ਲੱਗਦਾ ਘੱਟ ਛੱਡਦਾ ਆ ਉੱਤੋਂ ਲਾਣਾ ਪੈਣਾ ਹਨਾ ਮੰਮੀ ਜੀ ਉਹ ਵਾਟਰ ਪੈਪ ਰੱਖ ਕੇ ਨਾ ਉੱਤੇ 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 ਪੈਪ ਪਾਣੀ ਲਾ ਦਿਓ ਗਿੱਲੀ ਹੋ ਜੇ ਵਾਟਰ ਨਹੀਂ ਉਹ ਡੱਕੇ ਡਾ ਦੋ ਉਹਨੂੰ ਉਹ ਖਾਈ ਲੂ ਖਾ ਲਈ ਨੂੰ ਸਾਰੀਆਂ ਵੱਟਾਂ ਨਾਲ ਇਕੱਠੇ ਭਰਿਆ ਕਰੋ ਪਤਾ ਕਿਹੜੀ ਗੱਲ ਤੇ ਧਨੀਆ ਵੱਢਣ ਦਾ ਹਾਂ ਵੱਢਿਆ ਨਹੀਂ ਹੁੰਦਾ ਗਿੱਲਾ ਹੋ ਜਾਂਦਾ ਹੈ ਨਾਲੇ ਆ ਕੇ ਮੰਮੀ ਨੇ ਨਾਲੇ ਇੱਕ ਸਾਈਡ ਤੇ ਵੱਖਰਾ ਵੀ ਦਿੱਤਾ ਆ ਸਾਈਡ ਤੇ ਫੇਰ ਬੀਜ ਦਿੱਤਾ ਉਗਾ ਉਗੰਡਿਆ ਉਗੰਡਿਆ ਨਹੀਂ ਮੁੱਕਣਾ ਨਹੀਂ ਆਪਣੇ ਕੋਲ ਸਾਰਾ ਸੰਦੀਪ ਬੜਾ ਇਹਨੇ ਸਬਜ਼ੀ ਇਦਾਂ ਬੀਜਣੀ ਚਾਹੀਦੀ ਉਦਾਂ ਨਾ ਗੁੰਨਣਾ ਵਾ ਥੋੜੀ 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 ਬੀਜਣੀ ਚਾਹੀਦੀ ਇਕੱਠੀ ਜਿਹੜੀ ਬੀਜ ਦਿੰਨੇ ਆ ਨਾ ਉਹ ਫਿਰ ਇਕੱਠੀ ਹੋ ਕੇ ਇਕੱਠੀ ਖਤਮ ਹੋ ਜਾਂਦੀ ਹੈ ਨਾ ਅਗੜ ਪਿਛੜ ਬੀਜੀਏ ਸਬਜ਼ੀ ਤੇ ਫਿਰ ਉਹ ਮਤਲਬ ਨਵੀਂ ਪੁਰਾਣੀ ਹੁੰਦੀ ਰਹਿੰਦੀ ਆ
ਇਧਰ ਵੀ ਆਪਾਂ ਸਾਫ ਸਫਾਈ ਕੀਤੀ ਅੱਜ ਥੋੜੀ ਜੀ ਵਿੱਚੋਂ ਲੱਭੇ ਬੂਟੇ ਮਿਰਚਾਂ ਦੇ ਸਾਫ ਸਫਾਈ ਕਰਦੇ ਆ ਜਿਹੜੇ ਪੁਰਾਣੇ ਬੂਟੇ ਲਾਏ ਉਹ ਲੱਭ ਗਏ ਬਤਾਊ ਵੀ ਲੱਗੇ ਹਾਂਜੀ ਇੱਕ ਆਹ ਬੂਟਾ ਲੱਭਾ ਤੇ ਇੱਕ ਉਹ ਲੱਭਾ ਮਿਰਚ ਦਾ ਤੇ ਆ ਵੀ ਬੈਂਗਣ ਚੱਲ ਆ ਜਾਓ ਹੁਣ ਚਲੋ 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 ਮੂਲੀਆਂ ਵੀ ਪਾ ਲਈਏ ਮੰਮੀ ਜੀ ਆਹੋ ਥੋੜਾ ਸਮਾਨ ਹੋਣਾ ਦੋ ਚਾਰ ਪਾ ਲਾ ਗੁੱਬ ਨਿਕਲ ਗਿਆ ਬੁੱਢੇ ਭਰੇ ਸਾਡੀ ਮੰਮੀ ਆ ਸਿੱਧੀ ਸਿੱਧੀ ਮੈਂ ਨਾ ਇੰਨਾ ਸਮਾਨ ਪਾਈ ਜਾਓ ਮੇਰੇ ਤਾਂ ਹੁਣੇ ਮੂੰਹ ਚ ਪਾਣੀ ਆਈ ਜਾਣ ਡਿਆ ਪੁੱਟ ਕੇ ਤੇ ਇੱਥੇ ਮੂਲੀਆਂ ਬੀਜ ਦੇ ਫਿਰ ਹੈ ਲੈਣ ਦੇ ਮੁੜ ਕੇ ਨਹੀਂ ਲੱਟਦੀ ਅੱਜ ਭੂਆ ਨੂੰ ਖਵਾ ਲੋ ਤੁਸੀਂ ਰੋਟੀਆਂ ਗਰਮ ਮਸਾਲਾ ਵੀ ਪਾ ਲੋ ਮਾਸਾ ਕੇ ਵਿੱਚ ਹਰੀਆਂ ਮਿਰਚਾਂ ਕਰਾਰੀਆਂ ਜੀਆਂ ਰੱਖ ਕੇ ਬਣਾਓ ਨਹੀਂ ਆਟਾ ਬਾਅਦ ਵਿੱਚ ਗੁੰਨਣਾ ਵਿੱਚ ਕਿੱਤੇ ਗੁੰਨਣਾ ਜਵਾਨ ਇਹਨੂੰ ਆਂਦੇ ਮੌਕੇ ਦੇ ਬਦਲ ਜਾਣਾ ਮੌਕੇ ਦੇ ਕਹਿੰਦੇ ਲੌਂਗ ਲਾਚੀ ਜਵਾਨ ਕਿਹੜਾ ਡੱਬਾ ਫੜ ਲਿਆ ਮੈਂ ਗੱਲ ਨੂੰ ਜ਼ਿਆਦਾ ਹਾਈਲਾਈਟ ਕਰ ਦਿੱਤਾ ਸੀ ਉਧਰੋਂ ਮਾਮੀ ਜੀ ਆ ਕੇ ਬੈਠੇ ਤੁਹਾਡੇ ਪਰੌਂਠੇ ਖਾਣ ਵਾਸਤੇ ਤੇ ਤੁਸੀਂ ਪਰੌਂਠੇ ਤੁਹਾਡੇ ਲੇਟ ਹੀ ਬੜੇ ਇਹਨਾਂ ਦੇ ਪਰੌਂਠੇ ਜਿੱਥੋਂ ਮਰਜ਼ੀ ਆਈਆਂ ਹੋਣ ਕਹੋ ਭਾਵੇਂ ਲੰਡੇ ਬਾਜ਼ਾਰ ਚ ਆਈਆਂ ਹੋਣ ਜਲੇਬੀ ਲੈਤੀਆਂ ਭਰਾ ਨੇ ਜਲੇਬੀਆਂ ਆਈਆਂ ਤੇ ਕਿਤੇ ਉਹ ਮੁੱਲ ਨੀ ਲੈਂਦੀਆਂ ਮੰਮੀ ਨੂੰ ਸ਼ੱਕ ਇਹੋ ਪੈਣ ਡਿਆ ਆ ਵੀ ਭਰਾ ਨੇ ਲਾ ਕੇ ਦਿੱਤੀਆਂ ਮੈਂ ਕੋਈ ਪੈਸਾ ਨੀ ਖਰਚਾਇਆ ਭਰਾ ਦਾ ਖਰਚਾਇਆ ਨੀ ਗਾ ਪਰ ਇਹ ਇਹਨੂੰ ਆਈਆਂ ਕਿਸੇ ਦੇ ਘਰੋਂ ਮੰਮੀ ਬੜਾ ਤਿਆਰ ਤਿਉਰ ਹੋ ਕੇ ਬੈਠੇ ਆ ਉਧਰ ਕਿਤੇ ਜਾਣ ਦੀ ਤਿਆਰੀ ਤੇ ਨਹੀਂ ਆ ਹੈ ਮੰਮੀ ਨੇ ਨਵਾਂ ਹੋਰ ਕਿੱਥੇ ਜਾਣਾ ਉਹ ਇਹ ਵੀ ਵੰਡ ਆਈ ਆ ਕੁੜਮਾਰੇ ਥੋੜੀ ਦੇ ਬੈਠੇ ਆ ਸੋਹਣਾ ਪਾਇਆ ਸੂਟ ਘਰ ਬੈਠੇ ਆ
ਉਹ ਆਪਣਾ ਘਰ ਬਾਂਡਿਆ ਉਹ ਬਾਂਡਿਆ ਘਰ ਤੇ ਬਣ ਹੀ ਜਾਣਾ ਵਾ ਕੋਈ ਗੱਲ ਨੀ ਹੁਣ ਤੁਸੀਂ ਉਹ ਜੇ ਪਿੰਡ ਜੇ ਆਪਣੇ सारे आटे पीसने मोटा झोने झोने जी चार हो मसाला पाया था गाए पतला ना हो जाए बहुते करारे नहीं खाई नहीं साड़ निकलदा नहीं तेल लगदी ओहदे विच ओह जिहड़ा नहीं ओह मेथे ते इक कलौंजी हुंदी आ चलो गुन लो गुन लो छेती छेती फिर पाओ रोटी तवे ते खाइए मैं जानी मम्मी चुप करके ढक्कन ते आटा गुनना मम्मी दा सूट वेख्या सोना लगा ना मम्मी दा टोर आ मम्मी वेला नाल ही चुन्नी लेंदी पिछले साल सूट सुनाए सी रोटी टुट गई इधर कॉलेज चमचा की वजन दिया असल च कमजोरी जी महसूस होने मैं मुरब्बा खाने थोड़े लिया डैडी जी भी असल च ना मुरब्बा अपने वास्ते तो कभी खरीदया ही नहीं वड्डियां वास्ते आउंदा फिर जीकत कर ही पैंदा ना मेरे नाना जी बड़ा मुरब्बा खांदे हुंदे सी उन्होंने मैं दवाई बना के देनी मेरा जी करना मैं खा ला पर मैं खाना ना डरदा भी गुट पै जानी आ जदों सारी बन जानी फिर उन्होंने मैनूं आ भी इक चमचा दे देना खा ला पर चोरी चोरी भी बड़ा खांदा रहा मैं उन्हां दा बड़ा स्वाद लगदा सी गाजरां पाउणियां विच चोरी चोरी खांदा बड़ा मजा आउंदा सी कि जिहनूं मुक्क गया ओहनूं गालां पै जाणियां मुरब्बा उदां कभी स्पैशल लिया अपने वास्ते कभी नहीं लिया इह बजुर्गां वास्ते लईदा
ਤੇ ਲਿਆਓ ਹਾਂ ਖਾਇਆ ਕਰੋ ਹਾਂ ਲਿਆਂਦਾ ਪਰ ਕੋ ਉਹ ਮਜ਼ਾ ਨਹੀਂ ਨਾ ਆਉਣਾ ਜਿਹੜਾ ਪਹਿਲਾਂ ਵਾਲਾ ਸੀ ਸਹੀ ਗੱਲ ਚੀਜ਼ ਜਦੋਂ ਨਾ ਨਾ ਮਿਲੇ ਉਹਦਾ ਜਦੋਂ ਨਾ ਮਿਲੇ ਉਹਦਾ ਜਿਆਦਾ ਸਵਾਦ ਲੱਗਦਾ ਟੁੱਟ ਗਈ ਫਿਰ फिर बेचारे कि रोटी पका औखी रोटी पका के दसन दी उन्होंने तू मम्मी तु दो मिनट वेट करके पकाइए ना लिफाफा लाके मखनी वेल के दसूंगा नहीं करती है सीधी वेलो गल करी असल च मैं ना पेड़ा उधर लाके फिर गोल करके फिर बनाऊंगा चलो ऐसा नहीं ਮੁੱਕਦੀ ਗੱਲ ਆ ਕਿ ਤੁਸੀਂ ਮੈਨੂੰ ਗਲਤ ਕਹਿਣਾ ਤੇ ਉਹ ਮੈਨੂੰ ਕਹਿ ਦਿੱਤਾ ਮੁੱਕਦੀ ਗੱਲ ਨਹੀਂ ਇਹਦੀ ਨਾਲੋਂ ਤਾਂ ਫਿਰ ਵੀ ਠੀਕ ਆ ਮਾੜੀ ਮੈਂ ਨੁਕਰਾਲੀ ਬਣਾਤੀ ਇਹ ਤਾਂ ਜਦੋਂ ਹੁੰਦੇ ਨਹੀਂ ਆ ਪਠੂਰੇ ਨਾਨ ਪਠੂਰੇ ਹਾਂ ਚਿੱਟੇ ਚ ਚਿੱਟਾ ਜਿਹਾ ਉਹ ਵੀ ਮੇਰੇ ਸਾਹਮਣੇ ਚੋਲਾਂ ਦਾ ਆਟਾ ਨਹੀਂ ਪਾਉਂਦੇ ਕਿਤੇ ਵਿੱਚ ਨਹੀਂ ਨਹੀਂ ਮੈਦਾ ਹੁੰਦਾ ਕਿੰਨਾ ਫਿਰ ਲੂਣ ਮਿਰਚ ਮਸਾਲਾ ਓਕੇ ਆ ਬਹੁਤ ਸਵਾਦ ਬਣੀ ਸਵਾਦ ਬਹੁਤ ਜ਼ਿਆਦਾ ਮਿਹਰ ਨੂੰ ਦੋ ਫੇ ਮੱਖਣ ਲੈਣਾ ਨਾਲ ਖਾ ਕੇ ਦੇਖੋ ਬਹੁਤ ਸਵਾਦੀ ਆਈ 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 ਚਲੋ ਇਦਾਂ ਕਰ ਦੋ ਸਵਾਦ ਆ ਸਵਾਦ ਆ ਹੂੰ ਇਦਾਂ ਕਰ ਦੋ ਆ ਗਿਆ ਮਜ਼ਾ ਆ ਗਿਆ ਲੈ 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 ਮੰਮਾ ਕਰ ਤਵੇ ਦੁੱਤੀ ਭੂਆ ਜੀ ਖਾ ਕੇ ਦੱਸੋ ਹੁਣ ਕਿੱਦਾਂ ਦੀ ਬਣੀ ਖਾ ਕੇ ਕੀ ਦੱਸਾਂ ਵੀ ਮੈਨੂੰ ਖਾਣ ਤੋਂ ਪਹਿਲਾਂ ਹੀ ਬਹੁਤ ਸਵਾਦ ਲੱਗਣ ਡਈ ਹੈ ਰੋਟੀ ਹੈ ਕਿਉਂਕਿ ਰੋਟੀ ਦਾ ਰੰਗ ਹੀ ਬਹੁਤ ਸੋਹਣਾ ਆ ਚਿੱਟਾ ਹਾਂਜੀ ਬਸ ਕਰੋ ਮੈਂ ਤਾਂ ਕਹਿੰਦਾ ਬਹੁਤ ਹੋ ਗਈਆਂ ਅੱਛਾ ਤੇ ਬਾਕੀ ਇਹਨੇ ਕਿੱਥੇ ਜਾਣਾ ਆਪਣਾ ਢਿੱਡ ਭਰਿਆ ਤੇ ਕੰਮ ਸਰਿਆ ਹੈ ਨਾ ਬਾਕੀਆਂ ਨੂੰ ਆ ਕੇ ਖਵਾ ਦੋਗੇ ਬਹੁਤ ਸਵਾਦ ਲੱਗਣੀ